ਇੰਦਰਪਾਲ ਜੀ ਤੁਸੀਂ ਜ਼ਿਕਰ ਇਸ ਤੋਂ ਪਹਿਲਾਂ ਕਰ ਰਹੇ ਸੀ ਕਿ ਦੋਗਲੇ ਨਹੀਂ ਹਨ ਯਾਨੀ ਕਿ ਦੋ ਗੱਲਾਂ ਨਹੀਂ ਕਰਦੇ ਇੱਕੋ ਹੀ ਗੱਲ ਹੈ ਸੰਸਦ ਦੇ ਅੰਦਰ ਵੀ ਔਰ ਬਾਹਰ ਵੀ ਲੋਕਾਂ ਦੇ ਸਾਹਮਣੇ ਪਰ ਦੂਸਰੀ ਗੱਲ ਸਿਰਸਾ ਸਾਹਿਬ ਨੇ ਕੀਤੀ ਹੈ ਉਹਨਾਂ ਨੇ ਇਹੀ ਕਿਹਾ ਇਹੀ ਇਲਜ਼ਾਮ ਲਗਾਏ ਨੇ ਕਿ ਦੋ ਚੀਜ਼ਾਂ ਹੋ ਰਹੀਆਂ ਨੇ ਦੋ ਮਸਲੇ ਨੇ ਅੱਡੋ ਅੱਡ ਮੈਨੂੰ ਆਸ ਹੈ ਕਿ ਸਿਰਸਾ ਸਾਹਿਬ ਹੁਣ ਮੇਰੀ ਗੱਲ ਵੀ ਉਨੇ ਹੀ ਠੰਡੇ ਤਰੀਕੇ ਨਾਲ ਸੁਣਗੇ ਜਿਵੇਂ ਮੈਂ ਉਹਨਾਂ ਦੀ ਸੁਣੀ ਸਿਰਸਾ ਸਾਹਿਬ ਨੇ ਕਿਹਾ ਕਿ ਦੋਗਲਾ ਕਰੈਕਟਰ ਨਹੀਂ ਹੋਣਾ ਚਾਹੀਦਾ ਮੈਂ ਸਿਰਸਾ ਸਾਹਿਬ ਦੀ ਵੀਡੀਓ ਜਿਹੜੀ ਅੱਜ ਸੋਸ਼ਲ ਮੀਡੀਆ ਚੱਲ ਰਹੀ ਹੈ ਜਿਹਦੇ 'ਚੋਂ ਕਹਿੰਦੇ ਵੀ ਮੈਂ ਕੱਟਿਆ ਤਾਂ ਜਾ ਸਕਦਾ ਸਿਰ ਮੇਰਾ ਪਰ ਮੈਂ ਭਾਜਪਾ ਸ਼ਾਮਿਲ ਨਹੀਂ ਹੋ ਸਕਦਾ ਕੀ ਇਹ ਉਹੀ ਸਿਰਸਾ ਸਾਹਿਬ ਨੇ ਕਿ ਹੋਰ ਨੇ ਮੈਨੂੰ ਦਿਸ ਨਹੀਂ ਰਹੇ ਸਾਹਮਣੇ ਕਿਉਂਕਿ ਮੈਂ ਫੋਨ 'ਤੇ ਬੋਲ ਰਿਹਾ ਜੇ ਤਾਂ ਮਨਜਿੰਦਰ ਸਿੰਘ ਸਿਰਸਾ ਉਹੀ ਨੇ ਫਿਰ ਤਾਂ ਇਹ ਝੂਠ ਬੋਲਦੇ ਦੂਜੀ ਗੱਲ ਇਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਸਹੁੰ ਚੁੱਕੀ ਹੈ ਉਸ ਵਕਤ ਇਹ ਗੱਲ ਕਹਿਣੀ ਸੀ ਮੈਂ ਸਿਰਸਾ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਅੰਤਰਰਾਸ਼ਟਰੀ ਪੋਲਿਟਿਕਸ ਦੀ ਨੌਲੇਜ ਰੱਖਦੇ ਹਾਂ ਤੁਹਾਡੇ ਵਾਂਗ ਅਸੀਂ ਰਾਜ ਕਰ ਦੀ ਧਿਰ ਦੇ ਵੱਲ ਝੁਕਣ ਵਾਲੇ ਲੋਕ ਨਹੀਂ ਹਾਂ ਅੰਤਰਰਾਸ਼ਟਰੀ ਪੋਲਿਟਿਕਸ ਇਹ ਗੱਲ ਸਿਖਾਉਂਦੀ ਹੈ ਕਿ ਤੁਹਾਡੇ ਕੁਝ ਅਧਿਕਾਰ ਹੁੰਦੇ ਨੇ ਜਿਹੜੇ ਤੁਹਾਡੇ ਕੌਮੀ ਹੁੰਦੇ ਨੇ ਉਹਦੇ ਵਿੱਚ ਇਹ ਹੁੰਦਾ ਕਿ ਇਹਨਾਂ ਨੂੰ ਮੈਂ ਤਾਜ਼ੀ ਉਦਾਹਰਨ ਦਿੰਦਾ 10 ਸਾਲ ਪਹਿਲਾਂ ਸਕਾਟਲੈਂਡ ਇੰਗਲੈਂਡ ਦਾ ਹਿੱਸਾ ਹੈ ਪਰ ਸਕਾਟਲੈਂਡ ਕਹਿੰਦਾ ਹੈ ਕਿ ਮੈਂ ਇੰਗਲੈਂਡ ਤੋਂ ਅੱਡ ਹੋਣਾ ਉਹਨਾਂ ਨੇ ਉਹਦੇ ਉੱਤੇ ਵੋਟਾਂ ਪਵਾਈਆਂ ਅੱਜ ਵੀ ਸਿਮਰਨਜੀਤ ਸਿੰਘ ਮਾਨ ਵਾਂਗ ਸਕਾਟਲੈਂਡ ਦੇ MP ਵੀ ਇੰਗਲੈਂਡ ਦੀ ਪਾਰਲੀਮੈਂਟ 'ਚ ਬੈਠਦੇ ਨੇ ਪਰ ਉਹਨਾਂ ਨੇ ਵੋਟਾਂ ਪਵਾਈਆਂ ਜਿਹਦੇ 'ਚ ਸਕਾਟਲੈਂਡ ਅੱਡ ਹੋਏਗਾ ਇਹਨੂੰ 45% ਵੋਟ ਪਈਆਂ ਤੇ ਸਕਾਟਲੈਂਡ ਇੰਗਲੈਂਡ ਦੇ ਨਾਲ ਰਹੂਗਾ ਉਹਨੂੰ 55% ਵੋਟਾਂ ਪਈਆਂ ਇਸ ਕਰਕੇ ਸਕਾਟਲੈਂਡ ਅੱਜ ਵੀ ਇੰਗਲੈਂਡ ਦਾ ਹਿੱਸਾ ਹੈ ਕੀ ਜੇ ਉੱਥੋਂ ਦਾ ਪਾਰਲੀਮੈਂਟ ਸਿਸਟਮ ਜਿੱਥੋਂ ਕਿ ਇੰਡੀਆ ਨੇ ਪਾਰਲੀਮੈਂਟ ਸਿਸਟਮ ਲਿੱਤਾ ਹੈ ਜੇ ਉੱਥੋਂ ਦਾ ਪਾਰਲੀਮੈਂਟ ਸਿਸਟਮ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਆਪਣੇ ਸੈਪਰੇਟ ਦੇਸ਼ ਦੀ ਗੱਲ ਵੀ ਕਰ ਸਕਦੇ ਹੋ ਤੇ ਤੁਸੀਂ ਸਹੁੰ ਵੀ ਖਾ ਸਕਦੇ ਹੋ ਇੰਗਲੈਂਡ ਦੇ ਸੰਵਿਧਾਨ ਦੀ ਸਿਰਸਾ ਸਾਹਿਬ ਆਪਣੀ ਨੌਲੇਜ ਨੂੰ ਵਧਾਓ ਅੰਤਰਰਾਸ਼ਟਰੀ ਲੋਕਤੰਤਰਕ ਮਾਨਤਾਵਾਂ ਦੇ ਨਾਲ ਸਿਮਰਨਜੀਤ ਸਿੰਘ ਮਾਨ ਨੇ ਤਿਰੰਗੇ ਨੂੰ ਖੰਡਨ ਵੀ ਕੀਤਾ ਤੇ ਸਹੁੰ ਵੀ ਚੁੱਕੀ ਹੈ ਅਸੀਂ ਭਾਰਤ ਦੇ ਸੰਵਿਧਾਨ ਨੂੰ ਮੰਨ ਕੇ ਪਰ ਵਿਰੋਧ ਵਿੱਚ ਜਿਵੇਂ ਕਿ ਖਰੜਾ ਕਮੇਟੀ ਜਿਹੜੀ 1947 ਵਿੱਚ ਬਣੀ 1950 ਦੇ ਵਿੱਚ ਜਿਹਨੇ ਸੰਵਿਧਾਨ ਲਾਗੂ ਕੀਤਾ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਨਾ ਉਸ ਸੰਵਿਧਾਨ ਤੇ ਸਿੱਖਾਂ ਦੇ ਦੋ ਨੁਮਾਇੰਦੇ ਗਏ ਸੀ ਸਰਦਾਰ ਹੁਕਮ ਸਿੰਘ ਸਰਦਾਰ ਭੁਪਿੰਦਰ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਦੇ ਚਾਚਾ ਜੀ ਉਹਨਾਂ ਦੋਹਾਂ ਨੇ ਅੱਜ ਵੀ ਜਾ ਕੇ ਪਾਰਲੀਮੈਂਟ ਤੁਸੀਂ ਜਾ ਸਕਦੇ ਹੋ ਮੋਦੀ ਸਾਹਿਬ ਤੁਹਾਡੇ ਦੋਸਤ ਨੇ ਤੁਸੀਂ ਜਾ ਕੇ ਪਾਰਲੀਮੈਂਟ 'ਚ ਖਰੜਾ ਕਮੇਟੀ ਦੀ ਓਰਿਜਨਲ ਕਾਪੀ ਪੜ੍ਹੋ ਉਹਦੇ 'ਤੇ ਸਿੱਖਾਂ ਦੇ ਨੁਮਾਇੰਦਿਆਂ ਦੇ ਸਿਗਨੇਚਰ ਨਹੀਂ ਨੇ ਕੀਤੇ ਫਿਰ ਵੀ ਅਸੀਂ ਇਸ ਸੁਧਾਰ ਨੂੰ ਅੰਡਰ ਪ੍ਰੋਟੈਸਟ ਮੰਨਦੇ ਹਾਂ ਸਿਰਸਾ ਸਾਹਿਬ ਤੁਸੀਂ ਸਿਮਰਨਜੀਤ ਸਿੰਘ ਮਾਨ ਵਰਗੀ ਜਿੱਦਣ ਪੜ੍ਹਾਈ ਕਰ ਲਓਗੇ ਨਾ ਫਿਰ ਡਿਬੇਟ 'ਤੇ ਆਇਆ ਕਰੋ ਐਵੇਂ ਨਹੀਂ ਅੱਜ ਮੋਦੀ ਦਾ ਕੱਲ੍ਹ ਬਾਦਲ ਦਾ ਪਰਸੋਂ ਕਿਸੇ ਹੋਰ ਦਾ ਇੱਦਾਂ ਕਰਕੇ ਪਲੀਜ਼ ਕਿਰਪਾ ਕਰਕੇ ਇੰਨਾ ਛੋਟੀ ਜਿਹੀ ਨੌਲੇਜ ਲੈ ਕੇ ਡਿਬੇਟਾਂ ਵਿੱਚ ਸਾਡੇ ਵਰਗੇ ਲੋਕਾਂ ਨਾਲ ਬਹਿਸ ਨਾ ਕਰਿਆ ਕਰੋ ਪਲੀਜ਼ ਸਿਰਸਾ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਕੀ ਬਹਿਸ ਕਰਾਂ ਜਿਹੜੇ ਵਿਚਾਰਿਆਂ ਨੂੰ ਵੀਡੀਓ ਨਹੀਂ ਸੁਣਨੀ ਆਉਂਦੀ ਮੈਂ ਮਹਿੰਦਰਪਾਲ ਜੀ ਨਾਲ ਕੀ ਬਹਿਸ ਕਰਾਂ ਮੈਂ ਜ਼ਰੂਰ ਕਹੂੰਗਾ ਉਹ ਮੇਰੀ ਵੀਡੀਓ ਇਹੀ ਕਹਿ ਸਕਦੇ ਜ਼ਰੂਰ ਇਸ ਟੀਵੀ ਤੇ ਚਲਾ ਦੇਣ ਜਿੱਥੇ ਮੈਂ ਕਿਹਾ ਕਿ ਮੈਂ ਵੱਡਿਆ ਜਾਊਂਗਾ ਬੀਜੇਪੀ ਨੂੰ ਜੁਆਇਨ ਕਰੂੰਗਾ ਵੀ ਮੈਂ ਇੱਕ ਬੀਜੇਪੀ ਦਾ MLA 2017 ਚ ਵੀ ਰਿਹਾ 2007 ਚ ਮੈਂ ਬੀਜੇਪੀ ਦਾ ਕੌਂਸਲਰ ਰਿਹਾ 2012 ਚ ਮਹਿੰਦਰਪਾਲ ਜੀ ਸ਼ਾਇਦ ਤੁਸੀਂ ਨਾ ਸੁਣ ਚ ਤੁਹਾਨੂੰ ਗਲਤੀ ਲੱਗ ਗਈ ਕਿਉਂਕਿ ਕੱਲ ਮਿਲਦਾ ਰਿਹਾ ਵੀਰ ਜੀ ਉਸ ਟਾਈਮ ਤੁਸੀਂ ਬਾਦਲਾਂ ਦੇ ਗੁਣ ਗਾਉਂਦੇ ਹੁੰਦੇ ਸੀ ਜਦੋਂ ਤੋਤਰ ਚ ਬੈਠੇ ਹੁੰਦੇ ਸੀ ਅੱਜ ਤੁਸੀਂ ਮੋਦੀ ਦੇ ਅੱਜ ਤੁਸੀਂ ਬਾਦਲਾਂ ਦਾ ਵਿਰੋਧ ਕਰਦੇ ਹੋ ਸੁਣੀ ਨਹੀਂ ਗਈ ਨਾ ਆਪਣੀ ਕੀ ਆਈਡੀਓਲੋਜੀ ਹੈ ਆਪਣੀ ਆਈਡੀਓਲੋਜੀ ਹੈ ਅਸੀਂ ਆਪਣੀ ਸਿੱਖ ਆਈਡੀਓਲੋਜੀ ਨੂੰ ਚਲੋ ਜਵਾਬ ਲੈ ਲਈਏ ਮਹਿੰਦਰਪਾਲ ਜੀ ਅਖੇਰਲਾ ਜਵਾਬ ਲੈ ਲਈਏ ਸਿਰਸਾ ਸਾਹਿਬ ਤੋਂ ਤੁਸੀਂ ਹੁਣ ਬੋਲਣ ਵੀ ਲੱਗ ਗਏ ਜਵਾਬ ਮੈਨੂੰ ਪਤਾ ਇਹੀ ਹੋਣੇ ਨੇ ਜੀ ਮੇਰੀ ਗੱਲ ਲੋਕਾਂ ਨੇ ਸੁਣ ਲਈ ਇਹਨਾਂ ਦੀ ਵੀ ਸੁਣ ਲਈ ਅੱਗੇ ਅੰਦਾਜ਼ਾ ਬਸ ਹੁਣ ਗੱਲ ਹੋ ਗਈ ਰਿਜ਼ਲਟ ਲੋਕ ਕੱਢਣਗੇ ਮੈਂ ਆਪਣਾ ਸਪਸ਼ਟ ਕਰਤਾ ਗੱਲ ਹੁਣ ਸੱਚ ਰੱਖੇ ਨਾ ਜਾ ਰਿਹਾ ਨਾ ਉਸ ਤਰ੍ਹਾਂ ਨਹੀਂ ਸਪਸ਼ਟ ਕਰਦੇ ਹੈਗੇ ਤੁਸੀਂ ਮੈਨੂੰ ਇਹੀ ਪੁੱਛਣਾ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਮੁੰਡੇ ਮਰਵਾ ਤੇ 1 ਲੱਖ ਮੁੰਡਾ ਮਾਰਿਆ ਗਿਆ ਮੈਂ ਬਾਕੀ ਜਿਹੜਾ ਛੱਡਦੇ ਪਏ ਆ ਮਾਰ ਉਹਨਾਂ ਨੂੰ ਕਦੀ ਸਰਕਾਰਾਂ ਦੇ ਚਮਚੇ ਹੁਣ ਆ ਕੇ ਸੋਹਾਂ ਚੁੱਕਦੇ ਜੇ ਇਹੀ ਕਹੋਗੇ ਮੁੰਡੇ ਮਾਰੇ ਨੇ ਉਹੀ ਸਮਝਾ ਰਹੇ ਆ ਮਾਰੇ ਕਿਨੇ ਨੇ ਦੇ ਕਨਕਾਊਂਟਰ ਕੀਤੇ ਕਿਨੇ ਨੇ ਦਿੱਲੀ ਕਤਲੇਆਮ ਕੀਤਾ ਕਿਨੇ ਹੈ ਇਹ ਕਦੇ ਸਿਰਸਾ ਨਹੀਂ ਕਹੂਗਾ ਸਿਰਸਾ ਕਹੂਗਾ ਕਿ ਤੁਸੀਂ ਮੁੰਡੇ ਮਰਵਾਏ ਜਦ ਕਿ ਇੰਡੀਅਨ ਸਟੇਟ ਨੇ ਮੁੰਡੇ ਮਾਰੇ ਨੇ ਹਿੰਦੂ ਸਰਕਾਰ ਨੇ ਮੁੰਡੇ ਮਾਰੇ ਨੇ ਸਾਡੇ
लोगों को कहते मैं बोलता है, मैं किसी बोलता नहीं, हूं हटते भी नहीं पे। तुम इसे संविधान की इसे झंडे की सहु चुकते जे लोगों को कह रहे गाला कटो, लोगों को कहते जेलों से जाओ, आप तुम पार्लीमेंट च बहोगे आके, ये चंगी गल नहीं हैगी। लोगों गलत रस्ते ना पाओ, लोगों सच दसो कि असी तो सहु चुक ली आ, असी तो इसे संविधान मन लिया है, इसे संविधान के खंड भारत को भी मनिया, इसे झंडे को सलाम भी किया है, लोगों ने सच्ची गल दसो, लोगों ने न्याय का नुकसान ना करो, मैं तो बेनती करता। बाकी तुम मालिक जी, धन्यवाद मनजिंदर सिरसा और जुड़न दे लई। और जेकर खास तौर पर इस वेले जिक्र किया जाए तो महिंदर पाल होरी भी साढ़े नाल फोन लाइन से जुड़े, उन्हों का भी शुक्रिया, उन्होंने भी गलबात की है। और सीधे तौर पर बड़ा मसला इतने चर्चा का छिड़दा हुआ नजर आ रहा, क्योंकि गंभीर है जिस तरह के नाल इस वेले एक मुहिम का विरोध हो रहा, और मुहिम है घर घर तिरंगा, पर उसका विरोध हो रहा है।